11 ਲੋਕਾਂ ਦੀ ਹੱਤਿਆ ਵਿੱਚ ਵੌਂਟਡ دہشتਗਰਦ ਨਵੀਬ ਬਾਬਾ ਦੇ ਨਾਲ ਗ੍ਰਿਫਤਾਰ ਕੀਤੇ ਗਏ ਜੰਮੂ ਕਸ਼ਮੀਰ ਪੁਲਿਸ ਦੇ ਡੀਐਸਪੀ ਦਵਿੰਦਰ ਸਿੰਘ ਦਾ ਵੀਰਤਾ ਪੁਰਸਕਾਰ ਵਾਪਸ ਲਿਆ ਜਾ ਸਕਦਾ ਹੈ ਸੂਤਰਾਂ ਦੇ ਹਵਾਲੇ ਨਾਲ ਖਬਰ ਆਈ ਹੈ ਕਿ ਰਾਸ਼ਟਰਪਤੀ ਵੀਰਤਾ ਪੁਰਸਕਾਰ ਵਾਪਸ ਲੈਣ ਦੀ ਪ੍ਰਕਿਰਿਆ ਤੇ ਵਿਚਾਰ ਕੀਤਾ ਜਾ ਰਿਹਾ ਹੈ ਕਸ਼ਮੀਰ ਪੁਲਿਸ ਨੇ ਦਵਿੰਦਰ ਸਿੰਘ ਦੇ ਮਾਮਲੇ ਦੀ ਜਾਣਕਾਰੀ ਗ੍ਰਹਿ ਮੰਤਰਾਲੇ ਨੂੰ ਦੇ ਦਿੱਤੀ ਹੈ ਉਸ ਤੋਂ ਆਈਬੀ ਰਾਅ ਤੇ ਇਸ ਇਹਨਾਂ ਦੀ ਖੂਫੀਆ ਟੀਮਾਂ ਪੁੱਛਤਾਸ਼ ਕਰਨ ਕੀਆ ਹੁਣ ਤੱਕ ਹੋਈ ਜਾਂਚ ਵਿੱਚ ਪਤਾ ਲੱਗਿਆ ਕਿ ਦਵਿੰਦਰ ਸਿੰਘ ਕਈ ਸਾਲ ਤੋਂ دہشتਗਰਦਾਂ ਨੂੰ ਟਿਕਾਣਾ ਮੁਹੱਈਆ ਕਰਾ ਰਿਹਾ ਸੀ ਅਤੇ ਉਹ ਇਸ ਦੇ ਬਦਲੇ ਮੋਟੀ ਰਕਮ ਲੈਂਦਾ ਸੀ ਦਵਿੰਦਰ ਸਿੰਘ ਨੂੰ ਐਤਵਾਰ ਨੂੰ ਉਸ ਵਕਤ ਗ੍ਰਫਤਾਰ ਕੀਤਾ ਗਿਆ ਜਦੋਂ ਨਵੀਦ ਬਾਬਾ ਨੂੰ ਆਪਣੀ ਕਾਰ ਥਾਣੀ ਲੈ ਕੇ ਜਾ ਰਿਹਾ ਸੀ ਦਵਿੰਦਰ ਨੇ ਪੁੱਛਤਾਸ਼ ਵਿੱਚ ਦੱਸਿਆ ਕਿ ਨਵੀਦ ਨੂੰ ਉਸ ਨੇ ਸ਼੍ਰੀਨਗਰ ਸਥਿਤ ਆਪਣੇ ਘਰ ਵਿੱਚ ਵੀ ਠਹਿਰਾਇਆ ਸੀ ਦਵਿੰਦਰ ਸਿੰਘ ਬਹੁਤ ਤੇਜ਼ੀ ਨਾਲ ਡੀਐਸਪੀ ਰੈਂਕ ਤੇ ਪਹੁੰਚਿਆ ਸੀ IGP ਵਿਜੇ ਕੁਮਾਰ ਨੇ ਕਿਹਾ ਦਵਿੰਦਰ ਸਿੰਘ ਨੇ ਵੱਡਾ ਅਪਰਾਧ ਕੀਤਾ ਹੈ ਉਹ دہشتਗਰਦਾਂ ਨੂੰ ਲੈ ਜਾ ਰਿਹਾ ਸੀ ਉਸਨੇ دہشتਗਰਦਾਂ ਤੋਂ 12 ਲੱਖ ਰੁਪਏ ਲੈ ਸਨ ਇੱਕ ਆਤਵਾਦੀ ਦੇ ਤੌਰ ਤੇ ਹੀ ਉਸ ਦੇ ਖਿਲਾਫ ਕੇਸ ਦਰਜ ਕੀਤਾ ਜਾਏਗਾ ਅਤੇ ਉਸ ਦੇ ਨਾਲ ਉਸੇ ਤਰ੍ਹਾਂ ਦਾ ਵਤੀਰਾ ਹੋਏਗਾ ਹੁਣ ਤੱਕ ਜਾਂਚ ਵਿੱਚ ਸਾਹਮਣੇ ਆਈਆਂ ਇਹ ਪੰਜ ਗੱਲਾਂ ਦਵਿੰਦਰ ਨਵੀਦ ਅਤੇ ਆਸੀਫ ਅਹਿਮਦ ਨਾਂ ਦੇ دہشتਗਰਦਾਂ ਨੂੰ ਕੁਝ ਮਹੀਨਿਆਂ ਦੇ ਲਈ ਟਿਕਾਣਾ ਮੁਹੱਈਆ ਕਰਵਾਉਣ ਦੇ ਲਈ ਚੰਡੀਗੜ੍ਹ ਲੈ ਜਾ ਰਿਹਾ ਸੀ ਜਿਸ ਵਕਤ ਸਿੰਘ ਨੂੰ ਗ੍ਰਫਤਾਰ ਕੀਤਾ ਗਿਆ ਉਦੋਂ ਇੱਕ ਸਿਵਿਲੀਅਨ ਇਰਫਾਨ ਅਹਿਮਦ ਮੀਰ ਗੱਡੀ ਚਲਾ ਰਿਹਾ ਸੀ ਉਹਨੂੰ ਪੁਲਿਸ ਨੇ ਕੁਲਗਾਮ ਜ਼ਿਲ੍ਹੇ ਵਿੱਚ ਹਾਈਵੇ ਤੇ ਰੋਕਿਆ ਸੀ ਮੀਰ ਪੰਜ ਵਾਰ ਪਾਕਿਸਤਾਨ ਜਾ ਚੁੱਕਾ ਸੀ ਅਤੇ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਸਿੰਘ ਅਤੇ ਮੀਰ ਮਿਲ ਕੇ دہشتਗਰਦਾ ਦੇ ਵਾਪਸ ਜਾਣ ਜਾਂ ਕਿਸੇ ਹਮਲੇ ਦੀ ਸਾਜ਼ਿਸ਼ ਵਿੱਚ ਮਦਦ ਤਾਂ ਨਹੀਂ ਕਰ ਰਹੇ ਸਨ ਇਹਨਾਂ ਲੋਕਾਂ ਦੇ ਕੋਲੋਂ AK-47 ਰਾਈਫਲ, ਦੋ ਪਿਸਟਲ, ਦੋ ਗ੍ਰੇਨੇਡ ਮਿਲੇ ਨੇ ਸਿੰਘ ਦੇ ਘਰੋਂ ਲੱਖਾਂ ਰੁਪਏ ਵੀ ਬਰਾਮਦ ਹੋਏ ਨੇ ਸੂਤਰਾ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸਿੰਘ ਪਿਛਲੇ ਕੁਝ ਵਕਤ ਤੋਂ دہشتਗਰਦਾਂ ਨੂੰ ਜੰਮੂ ਵਿੱਚ ਸਰਦੀਆਂ ਦੇ ਮੌਸਮ ਵਿੱਚ ਟਿਕਾਣਾ ਮੁਹੱਈਆ ਕਰਾਉਂਦਾ ਸੀ ਅਤੇ ਇਸ ਦੇ ਬਦਲੇ ਵਿੱਚ ਖਾਸੀ ਰਕਮ ਲੈਂਦਾ ਸੀ ਪੁਲਿਸ ਉਦੋਂ ਤੋਂ ਸਿੰਘ ਦਾ ਪਿੱਛਾ ਕਰ ਰਹੀ ਹੈ ਜਦੋਂ ਨਵੀਦ ਅਤੇ ਆਸੀਫ ਨੂੰ ਲੈਣ ਦੇ ਲਈ ਸ਼ੋਪੀਆ ਜ਼ਿਲ੍ਹੇ ਵਿੱਚ ਗਿਆ ਸੀ ਦੋਨੋਂ دہشتਗਰਦ ਇੱਕ ਰਾਤ ਸਿੰਘ ਦੇ ਸ਼੍ਰੀਨਗਰ ਸਥਿਤ ਘਰ ਵਿੱਚ ਵੀ ਠਹਿਰੇ ਸਨ ਖੂਫੀ ਏਜੰਸੀ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਲਈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਦਵਿੰਦਰ ਸਿੰਘ ਕਦੋਂ ਤੋਂ ਡਬਲ ਕਰਾਸ ਕਰ ਰਿਹਾ ਹੈ ਅਤੇ ਪੁਲਿਸ ਵਿੱਚ ਰਹਿੰਦਿਆਂ ਹੋਇਆਂ دہشتਗਰਦਾਂ ਦਾ ਸਾਥ ਦੇ ਰਿਹਾ ਹੈ ਡੀਐਸਪੀ ਦਵਿੰਦਰ ਸਿੰਘ ਦਾ ਨਾਮ ਪਹਿਲੀ ਵਾਰ ਸ਼ੱਕ ਦੇ ਦਾਇਰੇ ਵਿੱਚ ਉਦੋਂ ਆਇਆ ਸੀ ਜਦੋਂ ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੇ ਉਸ ਤੇ ਇਲਜ਼ਾਮ ਲਗਾਏ ਅਫਜ਼ਲ ਨੇ ਟ੍ਰਾਇਲ ਕੋਰਟ ਵਿੱਚ ਕਿਹਾ ਸੀ ਕਿ ਸਿੰਘ ਨੇ ਆਪਣੇ ਹੁਕਮਾਂ ਤੇ ਕੰਮ ਕਰਨ ਦੇ ਲਈ ਕਿਹਾ ਸੀ ਕੰਮ ਕੀ ਦਿੱਤੇ ਸੀ ਕਿ ਜੇ ਅਜਿਹਾ ਨਹੀਂ ਕੀਤਾ ਤਾਂ ਪਰਿਵਾਰ ਦੀ ਹੱਤਿਆ ਕਰਤੇਗਾ ਉਸਨੇ ਸੰਸਦ ਤੇ ਹਮਲਾ ਕਰਨ ਵਾਲੇ دہشتਗਰਦਾਂ ਨੂੰ ਦਿੱਲੀ ਲੈ ਕੇ ਜਾਣ ਅਤੇ ਉਹਨਾਂ ਦੇ ਲਈ ਫਲੈਟ ਦਾ ਇੰਤਜ਼ਾਮ ਕਰਨ ਦੇ ਲਈ ਕਿਹਾ ਸੀ ਇੱਕ ਸੈਕੰਡ ਹੈਂਡ ਐਮਬੈਸਡਰ ਕਾਰ ਖਰੀਦਣ ਨੂੰ ਵੀ ਕਿਹਾ ਸੀ ਜਿਸ ਦਾ ਇਸਤੇਮਾਲ 2001 ਵਿੱਚ ਸੰਸਦ ਤੇ ਹੋਏ دہشتਗਰਦੀ ਹਮਲੇ ਦੇ ਦੌਰਾਨ ਕੀਤਾ ਗਿਆ ਸੀ ਹਾਲਾਂਕਿ ਉਦੋਂ ਪੁਲਿਸ ਮਹਿਕਮੇ ਨੇ ਦਵਿੰਦਰ ਸਿੰਘ ਤੇ ਲਗਾਏ ਗਏ aaropan ਨੂੰ ਹਾਰਜ ਕਰ ਦਿੱਤਾ ਸੀ ਬਿਊਰੋ ਰਿਪੋਰਟ